हाँ जी, वाहिगुरु जी का खालसा, वाहिगुरु जी की फतेह। सो इस वीडियो दे विच असीं गल करांगे यूएस मैक्सीको दे बॉर्डर तों जिहड़ी लेटेस्ट अपडेट आ रही हैगी है। जिवें कि तुहानूं पता ही हैगा, टाइटल 42 जो कि बाइडन सरकार दे द्वारा 11 मई नूं खत्म कर दित्ता गया सी, उस तों बाद हुण ट्रांसिट बैन अते टाइटल 8 जिहड़ा हैगा उह लगाया गया हैगा, जिहदे आधार दे उत्ते बाइडन प्रशासन दे द्वारा हर रोज़ हज़ारां लोकां नूं बॉर्डर तों डिपोर्ट कीता जा रिहा हैगा, ਜਿਹੜੇ ਲੋਕ ਵੀ USA ਦੇ ਵਿੱਚ ਇਲੀਗਲੀ ਬਾਰਡਰ ਕ੍ਰੋਸ ਕਰਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਨਵੇਂ ਰੂਲ ਜਿਹੜੇ ਹੈਗੇ ਆ ਕਾਫੀ ਸਖਤ ਹੈਗੇ ਆ। ਸੀਰੀਅਸ ਨਿਊਜ਼ ਜਿਹੜਾ ਚੈਨਲ ਹੈਗਾ, ਇਹਦੇ ਮਾਧਿਅਮ ਦੇ ਰਾਹੀਂ ਜਿਹੜੀ ਖਬਰ ਆ ਰਹੀ ਹੈਗੀ ਹੈ ਕਿ ਟਾਈਟਲ 42 ਖਤਮ ਕਰਨ ਤੋਂ ਬਾਅਦ ਬਾਈਡਨ ਸਰਕਾਰ ਦੇ ਦੁਆਰਾ ਲਗਭਗ 11,000 ਲੋਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈਗਾ। ਸੋ ਲਗਭਗ ਇੱਕ ਹਫ਼ਤਾ ਹੋਇਆ ਹੈਗਾ, 11 ਮਈ ਤੋਂ ਬਾਅਦ ਇੱਕ ਹਫ਼ਤਾ ਹੋਇਆ ਹੈਗਾ, ਇੱਕ ਹਫ਼ਤੇ ਦੇ ਵਿੱਚ ਇਹਨਾਂ ਨੇ ਇਹ ਨਵੇਂ ਰੂਲਾਂ ਦੇ ਆਧਾਰ ਦੇ ਉੱਤੇ 11,000 ਲੋਕਾਂ ਨੂੰ ਡਿਪੋਰਟ ਕਰ ਦਿੱਤਾ ਹੈਗਾ। ਸੋ ਬਾਈਡਨ ਸਰਕਾਰ ਦੇ ਦੁਆਰਾ ਅਸਾਈਲਮ ਦੀ ਨਵੀਂ ਜਿਹੜੀ ਨੀਤੀ ਲਿਆਂਦੀ ਗਈ ਹੈਗੀ ਹੈ, ਜਿਹਦੇ ਵਿੱਚ ਇਹ ਲੋਕਾਂ ਨੂੰ ਕਹਿ ਰਹੇ ਹੈਗੇ ਆ ਕਿ ਜਿਹੜੇ ਲੋਕ ਵੀ ਹੁਣ USA ਦੇ ਵਿੱਚ ਬਾਰਡਰ ਕ੍ਰੋਸ ਕਰਕੇ ਆਉਣਾ ਚਾਹੁੰਦੇ ਹੈਗੇ ਆ, ਅਸਾਈਲਮ ਦਾ ਕੇਸ ਇੱਥੇ ਅਪਲਾਈ ਕਰਨਾ ਚਾਹੁੰਦੇ ਹੈਗੇ ਆ, ਉਹ ਜੇਕਰ ਉਹ ਮੈਕਸੀਕੋ ਦੇ ਵਿੱਚ ਹੈਗੇ ਆ ਤਾਂ ਮੈਕਸੀਕੋ ਤੋਂ ਤੁਸੀਂ ਇਹਨਾਂ ਦੀ ਜਿਹੜੀ CBP1 ਐਪ ਜਿਹੜੀ ਇਹਨਾਂ ਨੇ ਲਾਂਚ ਕੀਤੀ ਹੈਗੀ ਹੈ, ਉਸ ਐਪ ਦੇ ਜ਼ਰੀਏ ਜੇਕਰ ਤੁਹਾਨੂੰ ਅਪਾਇੰਟਮੈਂਟ ਮਿਲ ਜਾਂਦੀ ਹੈਗੀ ਹੈ, ਤਾਂ ਫਿਰ ਤੁਸੀਂ ਪੋਰਟ ਆਫ ਐਂਟਰੀ ਤੇ ਆ ਕੇ ਤੁਸੀਂ ਸਿੱਧਾ ਇੱਥੇ ਅਸਾਈਲਮ ਦਾ ਕੇਸ ਅਪਲਾਈ ਕਰ ਸਕਦੇ ਹੋ। ਪੋਰਟ ਆਫ ਐਂਟਰੀ ਦੇ ਉੱਤੇ ਤੁਹਾਨੂੰ ਫਿਰ ਜਿਹੜੀ ਕ੍ਰੈਡੀਬਲ ਫੇਅਰ ਦੀ ਜਿਹੜੀ ਇੰਟਰਵਿਊ ਹੋਗੀ, ਜੇਕਰ ਤੁਸੀਂ ਉਸ ਇੰਟਰਵਿਊ ਵਿੱਚੋਂ ਪਾਸ ਹੋ ਜਾਂਦੇ ਹੋ ਤਾਂ ਤੁਹਾਡਾ ਜਿਹੜਾ ਨਾਰਮਲ ਜਿਹੜਾ ਅਸਾਈਲਮ ਦਾ ਕੇਸ ਜਿਹੜਾ ਤੁਸੀਂ ਇੱਥੇ USA ਦੇ ਵਿੱਚ ਫਿਰ ਲਗਾ ਸਕਦੇ ਹੋ। ਬਾਕੀ ਜਿਹੜੇ ਲੋਕ ਵੀ CBP1 ਐਪ ਨੂੰ ਛੱਡ ਕੇ ਸਿੱਧਾ ਇਲੀਗਲੀ ਬਾਰਡਰ ਕ੍ਰੋਸ ਕਰਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਉਹਨਾਂ ਨੂੰ ਮੋਸਟਲੀ ਇਹ ਡਿਪੋਰਟ ਕਰ ਰਹੇ ਹੈਗੇ ਆ। ਬਾਕੀ ਟ੍ਰਾਂਸਿਟ ਬੈਨ ਜਿਹੜਾ ਇਹਨਾਂ ਨੇ ਲਗਾਇਆ ਹੈਗਾ, ਇਹਦੇ ਵਿੱਚ ਵੀ ਇਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਲੋਕ ਵੀ USA ਦੇ ਬਾਰਡਰ ਦੇ ਵਿੱਚ ਲਾਈਕ ਦੂਸਰੀਆਂ ਕੰਟਰੀਆਂ ਤੋਂ ਲੰਘ ਕੇ ਜਿਹੜੇ USA ਦੇ ਬਾਰਡਰ ਦੇ ਉੱਤੇ ਆਉਂਦੇ ਹੈਗੇ ਆ, ਜਿਵੇਂ ਮੰਨ ਲਓ ਮੈਕਸੀਕੋ ਤੋਂ ਲੰਘ ਕੇ USA ਵਿੱਚ ਆਉਣ ਦੀ ਕੋਸ਼ਿਸ਼ ਕਰਦੇ ਹੈਗੇ, ਜੇਕਰ ਉਹਨਾਂ ਨੇ ਮੈਕਸੀਕੋ ਜਾਂ ਫਿਰ ਕੋਈ ਦੂਸਰੇ ਦੇਸ਼ ਦੇ ਵਿੱਚ ਅਸਾਈਲਮ ਦਾ ਕੇਸ ਅਪਲਾਈ ਕੀਤਾ ਹੈਗਾ, ਜੇਕਰ ਤੁਹਾਡਾ ਉੱਥੋਂ ਜਿਹੜਾ ਕੇਸ ਡਿਨਾਈ ਹੋ ਜਾਂਦਾ ਤਾਂ ਹੀ ਤੁਸੀਂ USA ਦੇ ਵਿੱਚ ਆ ਕੇ ਅਸਾਈਲਮ ਦਾ ਕੇਸ ਲਗਾ ਸਕਦੇ ਹੋ। ਬਾਕੀ ਜਿਹੜਾ ਟਾਈਟਲ 8 ਜਿਹੜਾ ਇਹਨਾਂ ਨੇ ਲਗਾਇਆ ਹੈਗਾ, ਇਹਦੇ ਵਿੱਚ ਵੀ ਬਾਈਡਨ ਪ੍ਰਸ਼ਾਸਨ ਹਰ ਰੋਜ਼ ਜਿਹੜਾ ਲੋਕਾਂ ਨੂੰ ਨਿਊਜ਼ ਦੇ ਰਾਹੀਂ ਜਿਹੜਾ ਇਹ ਆਗਾਹ ਕਰ ਰਿਹਾ ਹੈਗਾ ਕਿ ਜੇਕਰ ਤੁਸੀਂ ਕੋਈ ਵੀ ਭਾਵੇਂ ਫੈਮਿਲੀ ਹੋਵੇ ਭਾਵੇਂ ਇੰਡੀਵਿਜੁਅਲਸ ਹੋਣ, ਜਿਹੜੇ ਵੀ ਇਲੀਗਲੀ ਬਾਰਡਰ ਕ੍ਰੋਸ ਕਰਕੇ USA ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਨਗੇ, ਉਹਨਾਂ ਨੂੰ ਟਾਈਟਲ 8 ਲਗਾ ਕੇ ਵਾਪਸ ਭੇਜ ਦਿੱਤਾ ਜਾਊਗਾ, ਅਤੇ ਹੋ ਸਕਦਾ ਉਹਨਾਂ ਦੇ 5 ਸਾਲ ਦਾ ਜਾਂ ਫਿਰ 10 ਸਾਲ ਦਾ ਜਿਹੜਾ ਬੈਨ ਵੀ ਇਹ ਲਗਾ ਸਕਦੇ ਹੈਗੇ ਆ। ਬਾਕੀ ਇਹ 11,000 ਲੋਕਾਂ ਨੂੰ ਜਿਹੜਾ ਡਿਪੋਰਟ ਕੀਤਾ ਗਿਆ ਹੈਗਾ, ਇਹਨਾਂ ਵਿੱਚੋਂ 1100 ਲੋਕ ਜਿਹੜੇ ਹੈਗੇ ਆ ਉਹ ਵੈਨਜੁਏਲਾ, ਨਿਕਾਰਾਗੋਆ, ਹੇਟੀ ਅਤੇ ਕਿਊਬਾ ਜਿਹੜੇ ਦੇਸ਼ ਹੈਗੇ ਆ ਉਹਨਾਂ ਦੇ ਵਿੱਚੋਂ ਸਨ, ਜਿਨ੍ਹਾਂ ਨੂੰ ਇਹਨਾਂ ਨੇ ਵਾਪਸ ਜਿਹੜਾ ਮੈਕਸੀਕੋ ਭੇਜਿਆ ਹੈਗਾ, ਅਤੇ ਉਹਨਾਂ ਨੂੰ ਕਿਹਾ ਹੈਗਾ ਕਿ ਇਹਨਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਵਾਸਤੇ ਜਿਹੜਾ ਇਹਨਾਂ ਨੇ ਜਿਹੜਾ ਪ੍ਰੋਗਰਾਮ ਜਿਹੜਾ ਬਣਾਇਆ ਹੈਗਾ ਹਿਊਮੈਨਿਟੇਰੀਅਨ ਫਾਰ ਆਲ ਪ੍ਰੋਗਰਾਮ, ਉਹਦੇ ਰਾਹੀਂ ਤੁਸੀਂ USA ਦੇ ਵਿੱਚ ਆ ਸਕਦੇ ਹੋ, ਜਿਹਦੇ ਵਿੱਚ ਇਹਨਾਂ ਨੇ ਕਿਹਾ ਹੈਗਾ ਕਿ ਜੇਕਰ ਤੁਹਾਡਾ ਕੋਈ ਵੀ USA ਦੇ ਵਿੱਚ ਸਪਾਂਸਰ ਹੈਗਾ ਜਿਹੜਾ ਤੁਹਾਨੂੰ ਸਪਾਂਸਰ ਕਰ ਸਕਦਾ ਹੈਗਾ, ਉਹਨਾਂ ਦੇ ਰਾਹੀਂ ਤੁਸੀਂ ਜਿਹੜਾ USA ਦੇ ਵਿੱਚ ਆ ਸਕਦੇ ਹੋ। ਬਾਕੀ ਦੂਸਰੇ ਦੇਸ਼ ਜਿਹੜੇ ਹੈਗੇ ਆ, ਲਗਭਗ 30 ਦੇਸ਼ਾਂ ਤੋਂ ਬਾਕੀ ਜਿਹੜੇ ਲੋਕ ਸਨ ਜਿਨ੍ਹਾਂ ਨੂੰ ਇਹਨਾਂ ਨੇ ਡੈਪੋਟੇਸ਼ਨ ਜਿਹੜੀ ਲਗਾਈ ਹੈਗੀ ਹੈ 11,000 ਦੇ ਵਿੱਚੋਂ ਜਿਹੜੇ ਲੋਕ ਸਨ, ਸੋ ਉਹਨਾਂ ਨੂੰ 5 ਸਾਲ ਕੁਝ ਜਿਹੜੇ ਲੋਕ ਹੈਗੇ ਆ ਜਿਨ੍ਹਾਂ ਦੇ ਉੱਤੇ 5 ਸਾਲ ਦਾ ਬੈਨ ਵੀ ਲਗਾਇਆ ਗਿਆ ਹੈਗਾ। ਬਾਕੀ ਇਹਨਾਂ ਨੇ ਵੀ ਕਿਹਾ ਹੈਗਾ ਕਿ ਜੇਕਰ ਜਿਨ੍ਹਾਂ ਲੋਕਾਂ ਨੂੰ ਇਹਨਾਂ ਨੇ ਵਾਪਸ ਭੇਜਿਆ ਹੈਗਾ, ਜੇਕਰ ਉਹ ਵਾਪਸ ਰੀਐਂਟਰੀ ਕਰਨ ਦੀ ਕੋਸ਼ਿਸ਼ ਕਰਨਗੇ ਤੇ ਉਹਨਾਂ ਦੇ ਉੱਤੇ ਕ੍ਰਿਮੀਨਲ ਜਿਹੜਾ ਕੇਸ ਜਿਹੜੇ ਹੈਗੇ ਆ ਉਹ ਵੀ ਕੀਤੇ ਜਾ ਸਕਦੇ ਹੈਗੇ ਆ, ਉਹਨਾਂ ਨੂੰ ਜੇਲ੍ਹ ਵੀ ਜਿਹੜੀ ਕੀਤੀ ਜਾ ਸਕਦੀ ਹੈਗੀ ਆ। ਸੋ ਬਾਰਡਰ ਦੇ ਉੱਤੇ ਕਾਫੀ ਜਿਹੜੀ ਇਹਨਾਂ ਨੇ ਸਖਤੀ ਕੀਤੀ ਹੈਗੀ ਆ। ਬਾਕੀ CBP1 ਐਪ ਜਿਹੜੀ ਹੈਗੀ ਆ ਇਹਨੂੰ ਲਗਾਤਾਰ ਯੂਜ਼ ਕਰਨ ਦੇ ਵਾਸਤੇ ਜਿਹੜਾ ਬਾਈਡਨ ਸਰਕਾਰ ਦੇ ਦੁਆਰਾ ਕਿਹਾ ਜਾ ਰਿਹਾ ਹੈਗਾ, ਸੋ ਇੱਕ ਸਿਸਟਮ ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਤਲਬ ਇੱਕ ਸਿਸਟਮ ਦੇ ਰਾਹੀਂ ਤੁਸੀਂ ਮੈਕਸੀਕੋ ਬਾਰਡਰ ਦੇ ਉੱਤੇ ਆ ਕੇ CBP1 ਐਪ ਨੂੰ ਡਾਊਨਲੋਡ ਕਰੋ, ਉਤੋਂ ਉਹਨਾਂ ਦੇ ਰਾਹੀਂ ਤੁਸੀਂ ਅਪਾਇੰਟਮੈਂਟ ਲਓ, ਤਾਂ ਜੋ ਇੱਕ ਲੀਗਲ ਵੇ ਦੇ ਰਾਹੀਂ ਤੁਸੀਂ ਬਾਰਡਰ ਦੇ ਉੱਤੇ ਆ ਕੇ ਅਸਾਈਲਮ ਜਿਹੜਾ ਹੈਗਾ USA ਦੇ ਵਿੱਚ ਅਪਲਾਈ ਕਰ ਸਕੋ। ਬਾਕੀ CBP1 ਐਪ ਜਿਹੜੀ ਹੈਗੀ ਹੈ ਇਹਨੂੰ ਲਾ ਕੇ ਕਾਫੀ ਜਿਹੜੀਆਂ ਕੰਪਲੇਂਟਾਂ ਵੀ ਆ ਰਹੀਆਂ ਸੀ ਕਿ CBP1 ਐਪ ਜਿਹੜੀ ਹੈਗੀ ਹੈ ਉਹ ਕ੍ਰੈਸ਼ ਹੋ ਰਹੀ ਹੈ, ਸੋ ਬਾਈਡਨ ਸਰਕਾਰ ਦੁਆਰਾ ਲਗਾਤਾਰ ਕਿਹਾ ਜਾ ਰਿਹਾ ਹੈਗਾ ਕਿ ਜੇਕਰ ਤੁਹਾਡੀ ਐਪ ਜਿਹੜੀ ਕ੍ਰੈਸ਼ ਹੋ ਰਹੀ ਹੈਗੀ ਹੈ, ਤੁਹਾਨੂੰ ਪ੍ਰੋਬਲਮ ਆ ਰਹੀ ਹੈ ਐਪ ਦੇ ਵਿੱਚ, ਤਾਂ ਤੁਸੀਂ ਐਪ ਜਿਹੜੀ ਹੈਗੀ ਹੈ ਉਹਨੂੰ ਮੋਬਾਈਲ ਦੇ ਵਿੱਚ ਜਾ ਕੇ ਉਹਨੂੰ ਅਪਡੇਟ ਜਿਹੜਾ ਹੈਗਾ ਤੁਸੀਂ ਕਰ ਦੇ ਦਿਓ, ਤਾਂ ਜੋ ਜਿਹੜੀ ਵੀ ਪ੍ਰੋਬਲਮ ਆ ਰਹੀ ਹੈ ਉਹ ਸੋਲਵ ਹੋ ਸਕੇ। ਸੋ ਇਹ ਜਿਹੜੀ ਐਪ ਦੇ ਰਾਹੀਂ ਪਹਿਲਾਂ ਟਾਈਟਲ 42 ਖਤਮ ਹੋਣ ਤੋਂ ਪਹਿਲਾਂ ਲਗਭਗ 740 ਲੋਕਾਂ ਨੂੰ ਪਹਿਲਾਂ ਇਹ ਹਰ ਰੋਜ਼ ਅਪਾਇੰਟਮੈਂਟਾਂ ਦੇ ਰਹੇ ਸਨ, ਪਰ ਹੁਣ ਇਹਦੀ ਗਿਣਤੀ ਜਿਹੜੀ ਹੈ ਟਾਈਟਲ 42 ਖਤਮ ਹੋਣ ਤੋਂ ਬਾਅਦ ਇਹਨਾਂ ਨੇ ਵਧਾਈ ਹੈਗੀ ਹੈ, ਸੋ ਲਗਭਗ ਹਰ ਰੋਜ਼ 1,000 ਲੋਕਾਂ ਨੂੰ ਇਸ CBP1 ਐਪ ਦੇ ਰਾਹੀਂ ਅਪਾਇੰਟਮੈਂਟਾਂ ਦਿੱਤੀਆਂ ਜਾ ਰਹੀਆਂ ਹੈਗੀਆਂ, ਤਾਂ ਜੋ ਲੋਕ ਇੱਕ ਲੀਗਲ ਵੇ ਦੇ ਰਾਹੀਂ ਆ ਕੇ ਇੱਥੇ ਅਸਾਈਲਮ ਦਾ ਕੇਸ ਅਪਲਾਈ ਕਰ ਸਕਣ। ਸੋ ਅੱਜ ਵਾਸਤੇ ਇੰਨਾ ਹੀ, ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।